ਕੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਨਵੇਂ ਦਿਨ ਦੇ ਵਿੱਚ ਪਿੰਡ ਅਤੇ ਪਿੰਡ ਸਾਡੇ ਇੱਥੇ ਬਿਲਕੁਲ ਨੇੜੇ ਆ ਸਾਡਾ ਪਿੰਡ ਪਹਿਲਾਂ ਪਾਕਿਸਤਾਨ ਬਾਰਡਰ 'ਤੇ ਹੁਣ ਪਾਕਿਸਤਾਨ ਦਾ ਨਾਂ ਲੈਂਦਿਆਂ ਹੀ ਤੁਸੀਂ ਬਿਲਕੁਲ ਸਮਝ ਹੋਵੋਗੇ ਕਿ ਅੰਮ੍ਰਿਤਸਰ ਦਾ ਏਰੀਆ ਸਮਝ ਗਏ ਹੋਵੋਗੇ ਜਾਂ ਫਿਰੋਜ਼ਪੁਰ ਦਾ ਸਮਝ ਗਏ ਹੋਵੋਗੇ ਪਰ ਕਿਸੇ ਦਾ ਵੀ ਧਿਆਨ ਫਾਜ਼ਿਲਕਾ ਅਤੇ ਅਬੋਹਰ ਵੱਲ ਬਿਲਕੁਲ ਵੀ ਨਹੀਂ ਜਾਂਦਾ ਦਰਅਸਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਓਫੀਸ਼ੀਅਲ ਜਿਹੜੇ ਬਾਰਡਰ ਆ ਜਿੱਥੇ ਗੇਟ ਲੱਗਿਆ ਹੋਇਆ ਅਤੇ ਜਿੱਥੇ ਡੇਲੀ ਸ਼ਾਮ ਨੂੰ ਪਰੇਡ ਹੁੰਦੀ ਆ ਉਹ ਤਿੰਨ ਹੀ ਆ ਇੱਕ ਵਾਹਗਾ ਬਾਰਡਰ ਅਤੇ ਇੱਕ ਹੁਸੈਨੀ ਵਾਲਾ ਬਾਰਡਰ ਜਿਹੜਾ ਹੈਗਾ ਜੀ ਉਹ ਆਪਣਾ ਫਿਰੋਜ਼ਪੁਰ ਆ ਵਾਹਗਾ ਬਾਰਡਰ ਅੰਮ੍ਰਿਤਸਰ ਵਾਲਾ ਅਟਾਰੀ ਵਾਲਾ ਅਤੇ ਇੱਕ ਪੈਂਦਾ ਜੀ ਸੁਲੇਮਾਨ ਕੀ ਚੌਂਕੀ ਜਿਹੜੀ ਕਹਿੰਦੇ ਆਪਾਂ ਤੁਹਾਨੂੰ ਉਸ ਬਾਰਡਰ 'ਤੇ ਲੈ ਕੇ ਚੱਲਾਂਗੇ ਅਤੇ ਨਾਲੇ ਤੁਹਾਨੂੰ ਦਿਖਾਵਾਂਗੇ ਥੋੜ੍ਹਾ ਬਹੁਤ ਸਾਡਾ ਏਰੀਆ ਜਿਹੜਾ ਕਿ ਬਿਲਕੁਲ ਤੁਹਾਨੂੰ ਪੁਰਾਣੇ ਪੰਜਾਬ ਦੀ ਯਾਦ ਦਵਾ ਦੂਗਾ ਉਹਨਾਂ ਸੜਕ ਦੇ ਨਾਲ ਨਾਲ ਜਿੱਦਾਂ ਆਹ ਦੇਖੋ ਆ ਬੇਰੀਆਂ ਬੂਰੀਆਂ ਛੋਟੀਆਂ ਹੋਣ ਹਨਾ ਪਹਿਲਾਂ ਇੱਥੇ ਕੋਈ ਵੱਡੀਆਂ ਵੀ ਹੁੰਦੀਆਂ ਸੀ ਉਹ ਪੱਟਦੀਆਂ ਸਾਰੀਆਂ ਛੋਟੇ ਹੁੰਦੇ ਮਤਲਬ ਅਸੀਂ ਬਹੁਤ ਬੇਰ ਬੂਰ ਇੱਥੋਂ ਤੋੜਦੇ ਹੁੰਦੇ ਸੀਗੇ ਹੁਣ ਤਾਂ ਮਤਲਬ ਬਹੁਤ ਘੱਟ ਹੀ ਰਹਿ ਗਈਆਂ ਯਾਰ ਲਓ ਵੀ ਮਾਮੇ ਮੇਰੇ ਦਾ ਮੁੰਡਾ ਪਹਿਲਾਂ ਹੀ ਤਿਆਰ ਖੜਾ ਦੇਖੋ ਜਿੱਦਾਂ ਮਤਲਬ ਤੁਹਾਨੂੰ ਬਿਲਕੁਲ ਖਾਲੀ ਖਾਲੀ ਦਿਸ ਰਹੀ ਹੋਊਗੀ ਹੈ ਨਾ ਮਤਲਬ ਜ਼ਿਆਦਾ ਪਿੰਡ ਨਹੀਂ ਇਸ ਰੋਡ ਦੇ ਉੱਤੇ ਇੱਥੋਂ ਸੀਗੇ ਹੁਣ 7-8 ਕਿਲੋਮੀਟਰ ਹੋਰ ਰਹਿ ਗਿਆ ਹੋਊਗਾ ਬਾਏ ਰੋਡ ਬਾਰਡਰ ਅਸੀਂ ਪਿੱਛੋਂ 4-5 ਕਿਲੋਮੀਟਰ ਆ ਗਏ ਹਾਂ ਪਰ ਕੋਈ ਵਿਰਲਾ ਵਿਰਲਾ ਪਿੰਡ ਆਊਗਾ ਅਤੇ ਪਿੰਡਾਂ ਦੇ ਵਿੱਚ ਵੀ ਮਤਲਬ ਜਿਹੜੇ ਘਰ ਆ ਨਾ ਉਹ ਪ੍ਰੋਪਰ ਨਹੀਂ ਕੋਈ ਵੀ ਮਤਲਬ ਜ਼ਿਆਦਾ ਪੈਸੇ ਇਨਵੈਸਟ ਨਹੀਂ ਕਰਦਾ ਹਾਲੇ ਵੀ ਅੱਜ ਤੱਕ ਵੀ ਸਾਡੇ ਇਸ ਏਰੀਆ ਦੇ ਵਿੱਚ ਮੱਝਾਂ ਦੇਖੋ ਬਿਲਕੁਲ ਹੀ ਰੋਡ 'ਤੇ ਬਣ ਰੱਖੀਆਂ ਯਾਰ ਇਹ ਵੈਸੇ ਖਤਰਨਾਕ ਆ ਕੰਮ ਹੈ ਨਾ ਪਰ ਇੱਥੇ ਟ੍ਰੈਫਿਕ ਹੀ ਇੰਨੀ ਕੁ ਖਤਰਨਾਕ ਤਾਂ ਕੀ ਹੈ ਪਿੱਛੇ ਇੱਕ ਆਇਆ ਮਿਲਟਰੀ ਵਾਲਾ ਆਇਆ ਹੈ ਨਾ ਅਤੇ ਆਉਂਦੀ ਵਾਰ ਸ਼ਾਇਦ ਤੁਹਾਨੂੰ ਦਿਖਾਊਂਗਾ ਮੈਂ ਹੁਣ ਅਸੀਂ ਥੋੜ੍ਹੀ ਜਿਹੀ ਕਾਲ ਜਾਨੀ ਤਾਂ ਖੜ ਕੇ ਵੀਡੀਓ ਬਣਾਉਣੀ ਸੀ ਉੱਥੇ ਟੈਂਕ ਪਏ ਹੋਏ ਆ ਅਤੇ ਆਹ ਰੋਡ ਜਾਂਦੀ ਪਿੰਡਾਂ ਵਿੱਚ ਦੀ ਵੀ ਰੋਡ ਜਾਂਦੀ ਹੈ ਇਹਦੇ ਉੱਤੋਂ ਦੀ ਇੱਕ ਸੇਵ ਨਾਲ ਆਜੂਗਾ ਸੇਵ ਨਾਲ ਦੇ ਉੱਪਰੋਂ ਦੀ ਲੰਘ ਕੇ ਜਾਣਾ ਪੈਂਦਾ ਮਤਲਬ ਕਾਫੀ ਟਾਈਮ ਹੋ ਗਿਆ ਮੇਰੇ ਲੱਗਦਾ ਆਹੀ ਆ ਗਿਆ ਹੈ ਨਾ ਆਹੀ ਆ ਗਿਆ ਸੋ ਕਾਫੀ ਟਾਈਮ ਪਹਿਲਾਂ ਆਏ ਸੀ ਉਦੋਂ ਆਹ ਰੋਡ ਇੰਨੀ ਚੌੜੀ ਨਹੀਂ ਹੁੰਦੀ ਸੀ ਹੈ ਨਾ ਭੀੜੀ ਸੀ ਨਾ ਥੋੜ੍ਹੀ ਰੋਡ ਇੰਨੀ ਨਹੀਂ ਬਣੀ ਸੀ ਇਹ ਹੁਣ ਬਣੀ ਆ ਰੋਡ ਇਹ ਬਾਰਡਰ ਕਰਕੇ ਰੋਡ ਬਣਾਈ ਹੈ ਨਹੀਂ ਤਾਂ ਇਹਦੇ ਉੱਤੇ ਮਤਲਬ ਇਹ ਪ੍ਰਧਾਨ ਮੰਤਰੀ ਜਿਹੜੀ ਹੈ ਉਸ ਤੋਂ ਹੀ ਵੱਡੀ ਹੈ ਇਹ ਤਾਂ ਮੇਨ ਮਤਲਬ ਇੱਕ GT ਰੋਡ ਤਰ੍ਹਾਂ ਹੀ ਰੋਡ ਬਣਾ ਰੱਖੀ ਹੁਣ ਉਦੋਂ ਨਹੀਂ ਸੀਗੀ ਅਤੇ ਕਈ ਵਾਰ ਆਇਆ ਮੈਂ ਵੈਸੇ ਇਸ ਬਾਰਡਰ 'ਤੇ ਪਰ ਜਦੋਂ ਦਾ ਨਵਾਂ ਬਣਿਆ ਨਵੀਂ ਇਹਦਾ ਮਤਲਬ ਸਾਰਾ ਕੁਛ ਇਹਨਾਂ ਨੇ ਚੇਂਜ ਕਰਤਾ ਉਦੋਂ ਬਾਅਦ ਸ਼ਾਇਦ ਮੈਂ ਨਹੀਂ ਆਇਆ ਵਾਰ ਦੇ ਟਾਈਮ ਇਹਨਾਂ ਨੇ ਬਣਾਈਆਂ ਸੀ ਥੱਲੇ ਥੋੜ੍ਹੀਆਂ ਡੂੰਘੀਆਂ ਫੌਜੀਆਂ ਨੇ ਆਪਦੇ ਮੋਰਚੇ ਵਗੈਰਾ ਬਣਾਏ ਸੀਗੇ ਫੌਜੀਆਂ ਨੇ ਜਿਹੜੇ ਉਹ ਅੱਜ ਵੀ ਮਤਲਬ ਹੈਗੇ ਆਹ ਦੇ ਖੇਤਾਂ ਦੇ ਵਿੱਚ ਲੋਕਾਂ ਨੇ ਆਮ ਹੀ ਦੇਖਦੇ ਆ ਉਹ ਦੇਖੋ ਪਰਾਂ ਵੀ ਹੈਗਾ ਦਿਖਾਈ ਉਧਰ ਨੂੰ ਜ਼ੂਮ ਕਰਕੇ ਦੇਖ ਰਿਹਾ ਆਪਣੇ ਆ ਗਿਆ ਭਾਰਤ ਪਾਕਿਸਤਾਨ ਦਾ ਬਾਰਡਰ ਜਿਹੜਾ ਮਤਲਬ ਤਾਰ ਜਿਹੜੀ ਆਪਣੇ ਏਰੀਆ 'ਚ ਲੱਗੀ ਹੁੰਦੀ ਆ ਸਾਹਮਣੇ ਦੇਖ ਰਿਹਾ ਸਾਰਾ ਇੱਥੇ ਪਿੱਛੇ ਯਾਰ ਜਿੱਥੇ ਪਾਰਕਿੰਗ ਲੱਗਦੀ ਨਾ ਉੱਥੇ ਵੈਸੇ ਫੋਟੋ ਵਗੈਰਾ ਅਲਾਓ ਨਹੀਂ ਹੁੰਦਾ ਵੈਸੇ ਯਾਰ ਬਣਾਉਣ ਵਾਲੇ ਬਣਾ ਲੈਂਦੇ ਆ ਪਰ ਮੈਨੂੰ ਵਧੀਆ ਨਹੀਂ ਲੱਗਦਾ ਜਿੱਥੇ ਲਿਖਿਆ ਹੋਵੇ ਮੈਂ ਫਿਰ ਉੱਥੇ ਬਣਾਉਂਦਾ ਨਹੀਂ ਹੁੰਦਾ ਇੱਧਰ ਆ ਜੀ ਸਲੋਪ੍ਰੀਤ ਇਹ ਮੇਰੇ ਮਾਮੇ ਦਾ ਮੁੰਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਸਲੋਪ੍ਰੀਤ ਕਿਉਂ ਹੈ ਇਹਦਾ ਨਾਂ ਇਹਦੇ ਇੰਸਟਾਗ੍ਰਾਮ ਆਈਡੀ ਵੀ ਚਾਹੇ ਦੇਖ ਲਿਓ ਸਲੋਪ੍ਰੀਤ ਦੇ ਨਾਂ ਤੋਂ ਮਿਲੂਗੀ ਤੁਹਾਨੂੰ ਐਸ ਲਵਪ੍ਰੀਤ ਐਸ ਮਤਲਬ ਸਿੰਘ ਲਵਪ੍ਰੀਤ ਪਰ ਸਲੋਪ੍ਰੀਤ ਦੀ ਕਹਾਣੀ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਤੁਹਾਨੂੰ ਪਤਾ ਲੱਗੂਗਾ ਵੀ ਕਿਉਂ ਸਲੋਪ੍ਰੀਤ ਕਿਹਾ ਜਾਂਦਾ ਇਹਨੂੰ ਉਹ ਇੰਸਟਾਗ੍ਰਾਮ ਆਈਡੀ ਕਰਕੇ ਨਹੀਂ ਵੈਸੇ ਖੈਰ ਭਾਰਤ ਪਾਕਿਸਤਾਨ ਦੇ ਬਾਰਡਰ 'ਤੇ ਆਪਾਂ ਪਹੁੰਚ ਗਏ ਹਾਂ ਦੇਖੋ ਆਹ ਜਿਹੜਾ ਗੇਟ ਆ ਇਹ ਮਤਲਬ ਇੰਡੀਆ ਦਾ ਜਿੱਦਾਂ ਉਹ ਜਿਹੜੀ ਤਾਰ ਵਗੈਰਾ ਲੱਗੀ ਹੋਈ ਆ ਉਹ ਸਾਰੀ ਹੈ ਨਾ ਉਹ ਮਤਲਬ ਆਪਣੇ ਏਰੀਆ 'ਚ ਲੱਗੀ ਹੁੰਦੀ ਆ 8-10 ਕਿੱਲੇ ਛੱਡਿਆ ਹੁੰਦਾ ਉਦੋਂ ਪਰਲੇ ਪਾਸੇ ਪਾਕਿਸਤਾਨ ਦਾ ਹੁਣ ਮਤਲਬ ਆਪਾਂ ਤਾਰ ਟੱਪ ਕੇ ਆ ਗਏ ਅੰਦਰ ਨੂੰ ਪਰ ਮੇਨ ਬਾਰਡਰ ਦਾ ਜਿਹੜਾ ਗੇਟ ਆ ਉਹ ਵਾਲਾ ਉਹ ਰਿਹਾ ਸਾਹਮਣੇ ਪਾਕਿਸਤਾਨ ਸ਼ੁਰੂ ਹੋ ਚੁੱਕੀ ਆ ਜਿਹੜਾ ਵੀ ਜੋ ਵੀ ਆ ਬੰਦ ਕਰ ਦਿੰਦੇ ਆ ਮਤਲਬ ਮਿਊਜ਼ਿਕ ਚੱਲ ਰਿਹਾ ਹੁੰਦਾ ਉੱਧਰ ਵੀ ਮਿਊਜ਼ਿਕ ਚੱਲ ਰਿਹਾ ਇੱਧਰ ਵੀ ਮਿਊਜ਼ਿਕ ਚੱਲ ਰਿਹਾ ਹੁੰਦਾ ਇੱਧਰੋਂ ਆਪਣਾ ਫੌਜੀ ਜਾਂਦਾ BSF ਵਾਲਾ ਜਵਾਨ ਜਾਂਦਾ ਉਹ ਜਾ ਕੇ ਉਹਦਾ ਦਿਖਾਉਂਦਾ ਅਤੇ ਉੱਧਰ ਉਹਨਾਂ ਦੇ ਦੋ ਬੰਦੇ ਘੋੜੇ 'ਤੇ ਖੜ੍ਹੇ ਹੋਏ ਆਪਣਾ ਨਹੀਂ ਖੜ੍ਹਾ ਹੋਇਆ ਕੋਈ ਵੀ ਉੱਧਰੋਂ ਉਹਨਾਂ ਦਾ ਜਵਾਨ ਆ ਉਹ ਦੇਖੋ
नोट करो पाकिस्तान वाले दी लत्तां उन्हां दे सिर तों वी उपर जा रही हैं ते अपने वाले दी लत्तां उपर नहीं जा रही हैं। एक कारण आ, वो मैं तुहानूं दसूंगा, वीडियो देखते रहो एंड तक दसूंगा। तो हुण मैनूं लगदा झंडा लाउण दी रस्म भी जिहड़ी चलूगी हुणे दिखाउणा तुहानूं। देखो इन्हां दी लत्त ते इन्हां दी लत्त 'च फर्क देखो। पिछे पाकिस्तान जो लॉन्ग लिव पाकिस्तान लिखा हुआ, तो इधर पिछे इंडिया। आ जी तार लगी हुई है ना, तकरीबन मतलब तार उधरले पासे लगी हुई है। आ सारी जिते थोनू बिल्कुल पिछे आ एक राह दिख रहा, यह राह तो इधरले पासे पूरा पाकिस्तान ही है। आ सारा पाकिस्तान पाकिस्तान मतलब इतने आप इंडिया से खड़े हुए हैं। इस तरह मतलब एक इदा का बॉडर है जिते तुम काफ़ी क्लोज आ सकते हो। मैनू नहीं लगता भी होर इंडिया इंडिया पाकिस्तान वाले जिन्हें भी बॉडर आ इन्ना क्लोज जा सकते हैं। वाघा बॉडर तो बहुत दूर रह जाते हो। सो जिहड़ा हुसैनी वाला उत्थे मैं गया नहीं, लगता भी इदा भी उत्थे भी आप काफ़ी दूर रह जाते होवांगे। और देखो काफ़ी नेड़े लोग आ जाते, वो देखो बिल्कुल पाकिस्तान वाले पास भी बॉडर के बिल्कुल कोले आए हुए हैं। तो फोटो खिचा रहे हैं, ये इंडिया का गेट आ, मतलब एदू परले पास सारा मतलब इंडिया ही आ। तार वैसे उत्थे लगी हुई है, ये आप तार तो बहुत अगे आ जाने। नहीं मैं दस रहा यार इतने ज़्यादा देर रुकन नहीं देंगे, मतलब वो चाहो रिक्वेस्ट करता तो मतलब रुकन देंगे, पर मैं दसिया नहीं कि हाँ भी मैं ब्लॉग शूट कर रहा कुछ भी हसदा, तो वैसे ही जान देंगे बड़े वधिया, मतलब गल वधिया करते हैं। मैं कहा भी दो मिनट खड़ लैन दो, तो खड़न भी दिता असी फोटो खिंची क्योंकि काफ़ी लोग खिंच रहे थे। ज़्यादा नहीं 30-25 बंदे हो गए है ना, 25 बंदे इतने आए हुए थे उन्होंने पास ज़्यादा से अच्छे 40 से, मतलब यही होंगे कहते इधर ज़्यादा कहते उधर, पर इदू बद बंदे नहीं होंगे 40-50 तो बाद। और हूँ वो देखो वो जी तार उधर रह गई, उदा तुम कितने जाओगे जिदा साढ़े पिंड तो डायरैक्टली जावे तो फिर आप तार तो अगे नहीं आ सकते परमिशन तो बिना। वैसे इंडिया की खेती है वो जी ली देख रही है वो परले पास, और एक थोड़ा वो वीड्डी देख रही होगी ना पिछे, वो देखो वो लगी हुई है जी, वो पाकिस्तान चो इंडिया भी सी एक, पर एक समझौता होया कि ढा दौ आप भी ढा देंगे। इंडिया वाले ने पहला ढाती बंब ला के उन्होंने ढाई। एक मेन चीज़ जी मिजाइल इंडिया तो रशिया की सांझी बनाई हुई जिदा कि मैं पढ़िया, जिहड़ी कि एक्सीडेंटली चल गई है, किदा चल गई पता नहीं, इंडिया वालों कहा जा रहा एक्सीडेंटली, पाकिस्तान कह रहा कि एक्सीडेंटली नहीं चली। वो मिजाइल जिस जगह पर मैं खड़ा इतों डायरैक्ट 123 किलोमीटर अंदर डिगी है, मतलब ये उपरों की ही गई होनी है, सरसे गई, सरसे तो 90 डिग्री का एंगल लैके इतों गई। चन्नू मियाँ नाम करके एक इत शहर इन्हों का कस्बा छोटा जहा, उ डिगी वो मिजाइल, तो वेद कोई अंडर कंसट्रक्शन घर से या पुराना से वे डिग पी, पर मरिया कोई नहीं, किसी का कोई नुकसान नहीं होया। चलो थोड़ा बहुत पैसे का होया पता नहीं, पर जानी नुकसान कोई नहीं होया, ये भी शुक्र आ। तार दे बिल्कुल कोले आ गए, आ तार लगी हुई है देखो किदा दी लाई हुई है ना, इंडिया पाकिस्तान, पर इंडिया ने आपकी जगह छड़ी होंगी आ 8-10 किले। देखो सामने वो पाकिस्तान जो झाड़ियाँ बूटियां जी, आ जगह इंडिया ने आपकी जगह दे विच तार लाई है, पर देखो किदा दी है, इधर तार विचाले कंडियाली तार, फिर विचाले गोल कंडियाली, फिर इधर तार मतलब ब्लेड वाली तार विचाले आ गोल करके पाई हुई है। उदा दे परले पासे शहर पैंदा पाकपटन ते हवेली लखा जिहड़ा पाकिस्तान वाले पासे पैंदा, ते इंडिया वाले पासे मेनली फाजिलका ही शहर पैंदा, बाकी थोड़ा इधर नूं जलालाबाद रह गया साढ़े, पर मेन शहर मतलब फाजिलका ही आ। इत्थों बाय रोड 12-13 किलोमीटर पैंदा, जिहड़ा नज़ारे आ यार काफ़ी अच्छा। मैं एक चीज़ थोड़ा यह दसनी सी भी जी इंडिया वाला की लत्त सी जी अपने BSF जवान की, वो घट उची जाती सी, पाकिस्तान वाले की ज़्यादा जाती सी। उहदा फैक्ट यह आ, पूरा प्योर फैक्ट मैं दसूँगा तुहानू, वो ये आ कि जिहड़े इंडिया वाले ने पाई हुंदी आ पेंट, पेंट हमेशा एक लिमिट हुंदी आ पेंट की, उस तक लत्त जा सकदी उस तो उपर नहीं। पाकिस्तान वाले ने पाई हुंदी आ जिहड़ा उन्हां दी सलवार कमीज टाइप की हुंदी आ, शायद सलवार कहिंदे आ पजामा कहिंदे मैनूं नहीं पता, वो पजामा टाइप पाया हुंदा, वो खुला हुंदा ते वो बड़ा ही ज़्यादा खुला हुंदा, ते उहदे करके लत्त बड़ी तां तक जाती है। मैं चीज़ मतलब आप दे आप नूं मैनूं ये लग्या फील होया, ते वाकई गल उदां ही आ।
ਸੋ ਉਹਦੇ ਕਰਕੇ ਇਦਾਂ ਲੱਗਦਾ ਵੀ ਉਹਦੀ ਲੱਤ ਨਾ ਬਿਲਕੁਲ ਸਟ੍ਰੇਟ ਖੜੀ ਲੱਗਦੀ ਹੈ ਵੀ ਖੜੀ ਹੋ ਗਈ ਅਤੇ ਆਪਣੇ ਜਵਾਨ ਦੀ ਜਿਹੜੀ ਲੱਤ ਆ ਉਹ ਬਿਲਕੁਲ ਇੱਦਾਂ ਸਿਰ ਤੱਕ ਚਲੀ ਜਾਂਦੀ ਹੈ ਉਹਦੀ ਐਂ ਲੱਗਦਾ ਵੀ ਸਿਰ ਤੋਂ ਵੀ ਉਹ ਤਾਂ ਲੈ ਗਿਆ ਮਤਲਬ ਜਿੱਦਾਂ 90 degree ਦਾ ਕਹਾਂਗੇ ਕਿਹੜਾ ਐਂਗਲ ਕਹਾਂਗੇ 180 ਚੜ੍ਹ ਕੇ ਮਤਲਬ ਮੋਰਚਾ ਹੀ ਆ ਹੁਣ ਤਾਂ ਮੈਨੂੰ ਲੱਗਦਾ ਇੱਥੇ ਕੁਛ ਹੁੰਦਾ ਨੀ ਮਤਲਬ ਉਸ ਟਾਈਮ ਦਾ ਪੁਰਾਣਾ ਵੀ ਇੱਧਰ ਇੱਕ ਬਣਿਆ ਹੋਇਆ ਇਹ ਪੁਰਾਣੇ ਆ ਮਤਲਬ ਕਹਿਣ ਦਾ ਮਤਲਬ ਕਿ ਯਾਰ ਹੁਣ ਤਾਂ ਹੁਣ ਇਹਨਾਂ ਨੂੰ ਬਣਾਇਆ ਗਿਆ ਪਰ ਇਹ ਆ ਦੇਖੋ ਇਹਦੇ ਵਿੱਚ ਦੀ ਵੜ ਕੇ ਆ ਹਨਾ ਥੱਲੇ ਵੀ ਆ ਖਤਰਨਾਕ ਕੰਮ ਆ ਬਈ ਪੂਰਾ ਡਰਾਉਣਾ ਮਾਹੌਲ ਆ ਬਈ ਅੰਦਰ ਤਾਂ ਇੱਧਰ ਦੇਖੋ ਬਈ ਇੱਧਰ ਦੀ ਇੱਥੋਂ ਫਾਇਰਿੰਗ ਹੁੰਦੀ ਆ ਤਾੜ 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 ਬੜਾ ਖਤਰਨਾਕ ਆ ਬਈ ਕੰਮ ਤਾਂ ਇਹ ਰਾਹ 'ਚ ਜਾਂਦੇ ਨੂੰ ਬਣਿਆ ਹੋਇਆ ਵਾਰ ਮੈਮੋਰੀਅਲ ਆ ਟੈਂਕ ਖੜ੍ਹੇ ਹੋਏ ਆ ਮੇਨਲੀ ਅੰਦਰ ਥੋੜ੍ਹੀ ਕੰਸਟਰਕਸ਼ਨ ਵਗੈਰਾ ਚੱਲ ਰਹੀ ਆ ਦੂਜੇ ਪਾਸੇ ਵੀ ਜਾ ਸਕਦੇ ਹਾਂ ਅਤੇ ਇਹਦੇ ਅੰਦਰ ਚੱਲ ਰਹੀ ਆ ਕੰਸਟਰਕਸ਼ਨ ਵਗੈਰਾ ਅਤੇ ਆਹ ਟੈਂਕ ਆ ਇਹਦੇ ਨਾਲ ਖਿਚਾਉਂਦੇ ਹਾਂ ਫੋਟੋ